जलालाबाद के टिवाना रोड पर लोगों के पास जख्मी हालत में पहुंचा एक गूंगा नौजवान जिसे स्थानीय लोगों ने संभाला। डर से सहमे हुए नौजवान से जब पूछा गया कि उसे क्या हुआ है तो उसने कॉपी पर लिखकर बताया कि मैं बोल नहीं सकता। फाजिल्का में उसे कट्टा दिखाकर उसके साथ मारपीट की गई और उसका मोबाइल तक छीन लिया गया। उसका हाथ भी जला दिया गया जहाँ से वह भाग कर निकला। उसका कहना है कि वह लखनऊ का रहने वाला है जिसके लिए उसके द्वारा मदद की गुहार लगाई जा रही है। स्थानीय मोहल्ला वासी मनप्रीत सिंह व अन्य लोगों ने जानकारी देते हुए बताया कि उक्त नौजवान जो गूंगा है, बोल नहीं सकता, जो खुद का नाम अमित सिंह पुत्र राम शंकर सिंह वासी प्रयागराज लखनऊ बता रहा है। लोगों का कहना है कि उक्त नौजवान ने कॉपी पर लिखकर बताया कि उसके साथ गलत हुआ है। आप भी देखिए ये पूरी रिपोर्ट। ਇੱਕ ਕਹਿੰਦਾ ਜੀ ਕੱਟਾ ਦਿਖਾਇਆ ਰੇਲਵੇ ਸਟੇਸ਼ਨ ਕੇ ਕਰੀਬ ਜੀ ਮੈਂ ਘਰ ਬੈਠਾ ਜੀ ਕੁਲਵਿੰਦਰ ਮੁੰਡਾ ਜੀ ਮੈਨੂੰ ਫੋਨ ਕਰਿਆ ਆਪਣੀ ਗੱਡੀ ਚ ਕੋਈ ਮੁੰਡਾ ਜੀ ਉਹਨੂੰ ਸੈਂਸ ਹੈ ਜੀ ਉਹਦੀ ਆਪਾਂ ਹੈਲਪ ਕਰਨੀ ਹੈ ਜੀ ਮੈਂ ਦੇਖਿਆ ਤੇ ਬਿਲਕੁਲ ਸੁੱਧ ਬੁੱਧ ਹੈ ਨੀ ਸੀ ਜਮਾ ਅੱਛਾ ਸਾਰੇ ਮੁਹੱਲੇ ਵਾਲੇ ਜੀ ਇਕੱਠੇ ਹੋਏ ਇਹਨੂੰ ਪਾਣੀ ਪੁਣੀ ਪਿਲਾਇਆ ਨਹਾਇਆ ਜੀ ਉਸ ਤੋਂ ਬਾਅਦ ਥੋੜੀ ਜਿਹੀ ਹੋਸ਼ ਚ ਆਇਆ ਜਦੋਂ ਹੋਸ਼ ਚ ਆਇਆ ਤੇ ਇਹਨੇ ਲਿਖ ਕੇ ਦੱਸਿਆ ਵੀ ਮੈਨੂੰ ਕੱਟਾ ਦਿਖਾ ਕੇ ਮੇਰਾ ਮੋਬਾਈਲ ਜੋ ਵੀ ਮੇਰੇ ਕੋਲ ਸੀਗਾ ਖੋਇਆ ਉਹਨੇ ਮੈਨੂੰ ਮਾਰਿਆ ਔਰ ਇਹਨਾਂ ਇੱਕ ਬਾਜੂ ਵੀ ਜਲਿਆ ਹੋਇਆ ਜੀ ਅੱਛਾ ਸ਼ਾਇਦ ਹੋ ਸਕਦਾ ਕਿਸੇ ਨੇ ਬੰਦੀ ਨਾ ਬਣਾ ਕੇ ਰੱਖਿਆ ਹੋਵੇ ਕੁਛ ਵੀ ਹੋ ਸਕਦਾ ਹੁਣ ਇਹ ਮੂੰਹ ਨਾਲ ਤਾਂ ਦੱਸ ਨਹੀਂ ਰਿਹਾ ਜੀ ਹਸਪਿਟਲ ਲੈ ਕੇ ਲਿਜਾਇਆ ਜਾਏ ਇਹਦਾ ਟ੍ਰੀਟਮੈਂਟ ਕਰਾਇਆ ਜਾਏ ਉਸ ਤੋਂ ਬਾਅਦ ਜਿੰਨੀ ਜਿਕਰ ਹਾਲਤ ਸਥਿਰ ਨਹੀਂ ਹੁੰਦੀ ਉਨੀ ਜਿਕਰ ਨੂੰ ਪੂਰੇ ਪੁੱਛ ਗਿੱਛ ਕਰਕੇ ਇਹਨੂੰ ਭੇਜਿਆ ਜਾਏ ਜੀ ਬਹੁਤ ਹੀ ਮਾੜੇ 70 ਤੋਂ 70 ਹੋ ਚੁੱਕੇ ਜਿਸ ਹਿਸਾਬ ਨਾਲ ਮੁੰਡਾ ਦੱਸ ਰਿਹਾ ਵੀ ਕੱਟਾ ਉਸਦੇ ਕੋਲ ਸੀਗਾ ਵੇਖੋ ਕੁਛ ਵੀ ਕਰ ਸਕਦੇ ਸੀ ਬੰਦਾ ਇਸ ਵੇਲੇ ਇੰਨਾ ਕੁ ਡਰਿਆ ਹੋਇਆ ਉਹਨੂੰ ਜਿਹੜਾ ਬੰਦੀ ਬਣਾਇਆ ਬਣਾਈ ਰੱਖਿਆ ਪੰਜਾਬ ਦੇ ਹਾਲਾਤ ਦਾ ਪਰ ਇਸ ਵੇਲੇ ਬਿਹਾਰ ਬੰਦ ਮੇਰਾ ਖਿਆਲ ਹੈ ਵੀ ਅਸੀਂ ਪਟਨਾ ਸਾਹਿਬ ਜਾਈਦਾ ਉੱਥੇ ਹਾਲਾਤ ਨੂੰ ਸੁਧਰੇ ਪਰ ਇੱਥੋਂ ਮਾੜੇ ਹੁੰਦੀ ਯਾਰ ਮੈਨੂੰ ਮੁੰਡੇ ਵਾਲਿਆਂ ਫੋਨ ਕੀਤਾ ਮੈਂ ਇੱਥੇ ਆਇਆ ਮੈਨੂੰ ਉਹਦੇ ਪ੍ਰਧਾਨ ਜੀ ਇੱਕ ਮਿਟਾਊਆ ਵੇਖੋ ਆ ਕੇ ਵੇਖਿਆ ਤੇ ਬਹੁਤ ਹੀ ਮਨ ਠੇਸ ਵੀ ਸਾਡੇ ਵੇਖੋ ਇੱਥੇ ਕੱਟ ਕਿੰਨਾ ਭੈਣ ਆਂਟੀ ਜੀ ਦੱਸ ਰਹੇ ਭੈਣ ਜੀ ਹਰੀ ਇਹਨਾਂ ਨੇ ਨਵਾਇਆ ਕੱਪੜੇ ਬਦਲੇ ਸਾਰਾ ਕੁਛ ਵੀ ਬੰਦਾ ਵੀ ਇਹਨਾਂ ਸੰਭਾਲਿਆ ਸਾਰਾ ਉਹਨਾਂ ਨੇ